ਪਿਛਲੇ ਦਿਨੀਂ ਸਿੱਖ ਜਥੇਬੰਦੀਆਂ ਦੀ ਏਕਤਾ ਦੇ ਮੁੱਦੇ 'ਤੇ ਚੰਡੀਗੜ੍ਹ ਵਿੱਚ ਮੀਟਿੰਗ ਹੋਈ, ਜਿਸ ਵਿੱਚ ਰਾਜਵਿੰਦਰ ਵੈਂਸ ਨੇ ਭਾਈ ਹਰਮਿੰਦਰ ਸਿੰਘ ਦੀ ਵਿਰੋਧਤਾ ਜਿਤਾਈ। ਉੱਥੇ ਫਿਰਕਾ ਪ੍ਰਸਤ ਹਿੰਦੂ ਦਵੀ ਆਗੂਆਂ ਅਤੇ ਗੁਰਬਾਣੀ ਦਾ ਅਪਮਾਨ ਕਰਨ ਵਾਲਿਆਂ ਨੂੰ ਸੋਧਨ ਰੂਪੀ ਕੀਤੇ ਗਏ ਗੌਰਵਮਈ ਐਕਸ਼ਨਾਂ ਦੀ ਆਲੋਚਨਾ ਕੀਤੀ ਗਈ। ਹਾਲਾਂਕਿ ਇਹ ਮੀਟਿੰਗ ਦੇ ਏਜੰਡੇ ਤੋਂ ਕੋਹਾਂ ਬਾਹਰ ਸੀ, ਪਰ ਫਿਰ ਵੀ ਮੀਟਿੰਗ ਦੀ ਸਟੇਜ 'ਤੇ ਸੰਚਾਲਕ ਭਾਈ ਕੰਵਰਪਾਲ ਸਿੰਘ ਬਿੱਟੂ ਸਮੇਤ ਕਿਸੇ ਨੇ ਵੀ ਉਸ ਨੂੰ ਟੋਕਣ ਰੋਕਣ ਅਤੇ ਬਾਅਦ ਵਿੱਚ ਸਪੱਸ਼ਟ ਕਰਨ ਦੀ ਜ਼ਰੂਰਤ ਨਹੀਂ ਸਮਝੀ। ਕੇਵਲ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹੀ ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਉਦਾਹਰਨਾਂ ਦੇ ਕੇ ਸਿੱਖ ਯੋਧਿਆਂ ਦਾ ਪੱਖ ਰੱਖਣ ਦਾ ਯਤਨ ਕੀਤਾ, ਪਰ ਉਹਨਾਂ ਨੂੰ ਵਾਰ ਵਾਰ ਚੁੱਪ ਕਰਾਉਣ ਦਾ ਜ਼ੋਰ ਲਗਾਇਆ ਗਿਆ। ਯੂਨਾਈਟਡ ਖਾਲਸਾ ਦਲ UK ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਛਿੰਦਰ ਸਿੰਘ ਡੱਲੇਵਾਲ ਨੇ ਇਸ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਰਾਜਵਿੰਦਰ ਬੈਂਸ ਦੀ ਸਖ਼ਤ ਆਲੋਚਨਾ ਕੀਤੀ। ਕੇਂਦਰੀ ਜਾਂਚ ਏਜੰਸੀ ਦੇ ਜੱਜ ਨੇ ਅਜੇ ਸ਼ਾਇਦ ਸਿੱਖ ਯੋਧਿਆਂ ਖਿਲਾਫ਼ ਤਿਆਰ ਕੀਤਾ ਗਿਆ ਸਰਕਾਰੀ ਚਲਾਨ ਪੜਿਆ ਵੀ ਨਹੀਂ ਹੋਣਾ, ਪਰ ਬੈਂਸ ਵੱਲੋਂ ਸਾਡੇ ਸਤਿਕਾਰਯੋਗ ਭਰਾਵਾਂ ਨੂੰ ਪਹਿਲਾਂ ਹੀ ਦੋਸ਼ੀ ਗਰਦਾਨ ਦਿੱਤਾ ਗਿਆ। ਯੂਨਾਈਟਡ ਖਾਲਸਾ ਦਲ UK ਮੀਟਿੰਗ ਦੇ ਸੰਚਾਲਕਾਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਪੰਥਕ ਧਿਰਾਂ ਹੋਣ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਦਾ ਸਿੱਖ ਜਗਤ ਨੂੰ ਦੱਸਣ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਸਿੱਖ ਸ਼ਹੀਦਾਂ, ਸਿੱਖ ਯੋਧਿਆਂ ਅਤੇ ਗੌਰਵਮਈ ਐਕਸ਼ਨਾਂ ਦਾ ਵਿਰੋਧ ਕਿਸ ਮਜਬੂਰੀ ਵੱਸ ਹਾਜ਼ਮ ਕਰ ਲਿਆ। ਯੂਨਾਈਟਡ ਖਾਲਸਾ ਦਲ UK ਵੱਲੋਂ ਪੰਥਕ ਵਕੀਲ ਸਰਦਾਰ ਜਸਪਾਲ ਸਿੰਘ ਮਾਂਝਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੈਂਸ ਨੂੰ ਜਵਾਬ ਦਿੱਤਾ। ਵਰਣਨਯੋਗ ਹੈ ਕਿ ਪੰਜਾਬ 'ਚ ਆਪਣਾ ਵਿਆਹ ਕਰਾਉਣਗੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਲੰਬਾ ਸਮਾਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਜਗਤਾਰ ਸਿੰਘ ਜੱਗੀ ਜੌਹਲ ਸਮੇਤ ਕੌਮੀ ਜਾਂਚ ਏਜੰਸੀ ਦੇ ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਰਾਮਦੀਪ ਸਿੰਘ ਬੱਗਾ, ਭਾਈ ਧਰਮਿੰਦਰ ਸਿੰਘ ਗੁਗਨੀ ਸਮੇਤ 10 ਸਿੰਘਾਂ ਨੂੰ ਤਿਹਾੜ ਅਤੇ ਰੋਹਿਣੀ ਜੇਲ੍ਹ ਵਿੱਚ ਬੰਦ ਕਰ ਦਿੱਤਾ, ਜਿਨ੍ਹਾਂ ਵਾਸਤੇ ਦੁਨੀਆ ਭਰ ਦੇ ਸਿੱਖ ਚਿੰਤਤ ਨੇ।